ਓਏ ਉਹ ਬਿੱਕਰ ਸਿਆ ਪੰਗਾ ਹੀ ਲੈ ਲਿਆ। ਹਾ 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 ਮੈਂ ਸੋਚਿਆ ਵੈਸੇ ਝੱਟ ਅੱਖ ਲੱਗ ਜੂ, ਇਹ ਪਤਾ ਨਹੀਂ ਕਿਹੋ ਜਿਹੇ ਬੈਂਚਾਂ ਜਿਵੇਂ ਚੁੰਬਕ ਲੱਗੀ ਹੁੰਦੀ ਆ। ਮਸੀਂ ਉੱਠ ਹੋਇਆ ਤੂੰ। ਓਹੋ ਹੋ ਹੋ ਜਨਾਬ ਨੂੰ ਫੋਨ ਕਰ ਦਈਏ। ਜਨਾਬ ਸਾਹਿਬ, ਜਸ ਜਨਾਬ, ਦਿਸ ਇਜ਼ ਜੈ ਹਿੰਦ ਐਂਡ ਦਾ ਬਿਕਰ ਬਾਦਸ਼ਾਹ ਆਫ ਦਾ ਇੰਗਲੈਂਡ ਐਂਡ ਦਾ ਇਨ ਇੰਡੀਆ ਆਫ USA। ਹਾਂਜੀ ਬਿਲਕੁਲ ਜੀ, ਮੈਂ ਪਹੁੰਚ ਗਿਆ ਫਰਿੱਜ ਨੂੰ। ਫਰੈਸ਼ ਨੋ, ਹਾਂਜੀ ਮਤਲਬ ਫਰੈਸ਼ ਨੋ। ਇਹ ਪਤਾ ਨਹੀਂ ਮੈਨੂੰ ਹੁਣ ਨਾਮ ਕਿਵੇਂ ਪਿਆ ਜੀ, ਵੈਸੇ ਕਹਿੰਦੇ ਫਰਿੱਜ ਨੂੰ ਆ, ਇਹਨਾਂ ਦੇ ਵੀ ਜੱਜੇ ਹਾ ਇਹ ਦਾ ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿਹੜਾ ਜਾਂ ਸੱਸਾ ਕਿਹੜਾ। ਨਾਮ ਇਹਦਾ ਜਨਾਬ ਇੱਦਾਂ ਹੀ ਪਿਆ ਹੋ ਸਕਦਾ, ਜਦ ਲੋਕ ਇੱਥੋਂ ਦੇ ਫਰੈਸ਼ ਹੁੰਦੇ ਨਹੀਂ ਹੋਣੇ ਨਾ, ਛੇਤੀ ਛੇਤੀ ਫਰੈਸ਼ ਨਹੀਂ ਹੁੰਦੇ ਹੋਣੇ। ਜਾਂ ਫਿਰ ਇਹ ਹੋ ਸਕਦਾ ਵੀ ਕਿਸੇ ਨੂੰ ਵੀ ਤੂੰ ਪੁੱਛਣਾ ਹੋਵੇ ਵੀ ਤੂੰ ਫਰੈਸ਼ ਤਾਂ ਨਹੀਂ ਹੋਣਾ, ਅਗਲਾ ਕਹਿੰਦਾ ਫਰੈਸ਼ ਨੋ। ਨੋ ਫਰੈਸ਼ ਆ ਕੇ ਫਰੈਸ਼ ਆ ਕੇ ਨਹੀਂ ਫਰੈਸ਼ ਹੋਣੇ ਤਾਂ ਬੰਦੇ ਨੂੰ ਪਤਾ ਹੋਊਗਾ ਜੀ। ਹਾਂਜੀ ਫਰਿੱਜ ਨੂੰ ਜਨਾਬ, ਫਰਿੱਜ ਨੂੰ, ਫਰਿੱਜ ਨੂੰ ਐਨ ਜਮਾਂ ਪੰਜਾਬ ਦੀ ਮਿੱਟੀ ਜਿੱਦਾਂ ਆਵਾਜ਼ਾਂ ਮਾਰਦੀ ਹੁੰਦੀ ਨਾ ਜੀ, ਮਿੱਟੀ ਕੀ ਮਹਿਕ, ਜੈਸੇ ਪੰਜਾਬ ਮੇਂ ਭੱਜ ਕੇ ਝੁੰਬੜਤੀ ਹੈ ਨਾ ਜੀ ਮਿੱਟੀ, ਮਿੱਟੀ ਐਨ ਭੱਜ ਕੇ ਬੰਦੇ ਨੂੰ। ਇਸੇ ਤਰ੍ਹਾਂ ਲਾਈਕ ਦੈਟ ਇਨ ਪੰਜਾਬ ਹੇਅਰ ਆਲਸੋ, ਮਿੱਟੀ ਬਹੁਤ ਪਿਆਰੀ ਪੈਂਦੀ ਭੱਜ ਕੇ, ਐਨ ਭੱਜ ਕੇ ਜੱਫੀ ਪਾਉਂਦੀ ਹੈ ਫਰਿੱਜ ਨੂੰ 'ਚ। ਹਾਂਜੀ ਹਾਂਜੀ ਨਹੀਂ ਮਿੱਟੀ ਉਹ ਜੱਫੀ ਪਾਉਂਦੀ ਜੀ, ਬੰਦਿਆਂ ਨੇ ਤਾਂ ਕਿਸੇ ਨੂੰ ਪਾਉਂਦੇ ਨਹੀਂ ਵੈਸੇ ਮੈਂ ਦੇਖੇ। ਹਾਂ ਮਿੱਟੀ ਪਿਆਰ ਕਰਦੀ ਹੈ। ਹਾਂਜੀ ਜਨਾਬ, ਜਸਟ ਟੈਲ ਮੀ, ਆਈ ਐਮ ਔਨ ਡਿਊਟੀ, ਯੂ ਟੈਲ ਮੀ ਵਟ ਆਈ ਹੈਵ ਟੂ ਡੂ। ਓਕੇ ਜਨਾਬ, ਗੱਲ ਇੱਦਾਂ ਆ ਵੀ ਫਰਿੱਜ ਨੂੰ ਮੈਂ ਕਈ ਜਗ੍ਹਾ ਹੀ ਗਿਆ ਅਤੇ ਕਈ ਜਗ੍ਹਾ ਜਾਣਾ, ਬੰਦੇ ਚੰਗੇ ਨੇ, ਪੰਜਾਬ ਵਰਗਾ ਮਾਹੌਲ ਹੈ, ਪੰਜਾਬ ਵਰਗਾ ਮੌਸਮ ਹੈ, ਉੱਦਾਂ ਹੀ ਮੇਰੇ ਖਿਆਲ ਇੱਥੇ ਘਰ ਦੀ ਕੱਢੀ ਕੁੱਢੀ ਵੀ ਪੀਂਦੇ ਹੋਣਗੇ ਲੋਕ, ਐਸੀ ਗੱਲ ਨਹੀਂ। ਨਾ ਮੈਂ ਤਾਂ ਨਹੀਂ ਪੀਂਦਾ ਜੀ, ਮੈਂ ਇਹ ਸੋਚਦਾ ਜੀ ਅੱਜ ਮੈਂ ਨਾ ਜੀ ਕਿਸੇ ਬਿਜ਼ਨਸ 'ਤੇ ਜਾਣ ਦੀ ਬਜਾਏ, ਇੱਥੇ ਇੱਕ ਪਾਰਕ ਹੈ ਜੀ ਕਹਿੰਦੇ ਫਰਿੱਜ ਨੂੰ ਦੇ ਵਿੱਚ, ਵੈਸੇ ਤਾਂ ਬਹੁਤ ਪਾਰਕਾਂ ਨੇ ਪਰ ਉਸ ਪਾਰਕ ਪੰਜਾਬੀ ਬਹੁਤ ਹੁੰਦੇ ਆ, ਪੰਜਾਬੀ ਬਾਬੇ ਹੁੰਦੇ। ਹਾਂਜੀ ਜ਼ਿਆਦਾਤਰ ਬਾਬੇ, ਬਾਬੇ ਕਹਿਣਾ ਨਹੀਂ ਚਾਹੀਦਾ, ਖੜ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਹੈਂਜੀ ਉਹ ਬਾਬੇ। ਹਾਂਜੀ ਮੈਂ ਸੋਚਦਾ ਅੱਜ ਉਹਨਾਂ ਨਾਲ ਗੱਲਬਾਤ ਕਰਾਂ, ਉਹਨਾਂ ਕੋਲ ਜਾਣਾ ਇੱਥੋਂ ਦੀ ਜ਼ਿੰਦਗੀ ਬਾਰੇ ਕੀ ਵਿਚਾਰ ਹੈ ਕੀ ਨਹੀਂ ਹੈਗੇ। ਜਨਾਬ ਤੁਸੀਂ ਵੀ ਤਾਂ ਹੁਣ ਬਾਬੇ ਹੋ ਗਏ, ਤੁਸੀਂ ਕਿਹੜਾ ਹੁਣ ਗਾਹਾਂ ਬਜ਼ੁਰਗ ਹੋਣਾ ਨਹੀਂ ਹੈਗਾ, ਆਪਣੇ ਆਪ ਨੂੰ ਜਵਾਨ ਹੀ ਸਮਝੀ ਜਾਂਦੇ ਹੋ। ਹਾਂਜੀ ਤੁਹਾਡੀ ਪੈਂਡਿੰਗ ਉਮਰ 'ਚ ਕੁੱਲ ਲਾਈਏ ਮੇਰਾ ਖਿਆਲ ਹੈ ਵੀ 7 ਸਾਲਾਂ ਤੋਂ ਵੱਧ ਨਹੀਂ ਹੋਣੀ। ਉਹ ਸੋਰੀ ਸੋਰੀ ਜਨਾਬ ਜੈਨ, ਉਹ ਸੋਰੀ ਜੀ ਮੈਂ ਜਸਟ ਕਿਡਿੰਗ ਯੂ। ਯੈਸ ਸਰ ਮੈਂ ਦੇਖਦਾ ਜੀ ਕੀ ਬਣਦਾ। ਓਕੇ ਬਾਏ। ਲੈ ਵੀ ਬੱਕਾ ਫਰਿੱਜਨੋ ਦੇ ਵਿੱਚ ਆ ਗਏ ਹਾਂ ਅਤੇ ਇੱਥੇ ਹੁਣ ਪਾਰਕ ਵਿੱਚ ਵੀ ਪਹੁੰਚ ਗਏ ਹਾਂ ਅਤੇ ਇੱਥੇ ਆਪਾਂ ਗੱਲਾਂ ਪਤਾ ਕਰਨੀਆਂ ਪੰਜਾਬੀਆਂ ਦੇ ਨਾਲ ਕਿ ਕੀ ਜ਼ਿੰਦਗੀ ਪੰਜਾਬੀਆਂ ਦੀ। ਬੱਲੇ ਬੱਲੇ ਬੱਲੇ, ਆਹ ਲਓ ਜੀ ਇੱਧਰ ਰੌਣਕਾਂ ਲੱਗੀਆਂ ਪਈਆਂ, ਵਜ੍ਹਾ ਵਜ੍ਹਾ ਕੀਤੀ ਪਈ ਹੈ ਜੀ। ਇਹਨੂੰ ਕਹਿੰਦੇ ਨੇ ਸੱਥ ਵਿੱਚ ਸੀਪ ਖੇਡਾਂ ਬਾਬਿਆਂ ਦੀ ਢਾਣੀ ਨਾਲ, ਆੜੀ ਨੇ ਬਣਾ ਤੇ ਅਤੇ ਨਾ ਯੱਕਾ ਵਾ ਕੇ ਰਾਣੀ ਨਾਲ। ਵਾਹ ਜੀ ਵਾਹ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੋਰੀ ਮੈਂ ਤੁਹਾਨੂੰ 2 ਮਿੰਟ ਡਿਸਟਰਬ ਕਰੂੰਗਾ। ਬਿਲਕੁਲ ਜੀ, ਹਰ ਰੋਜ਼ ਆਉਂਦੇ ਆ। ਅੱਛਾ ਮਤਲਬ ਟਾਈਮ ਕੰਮ ਕਰ। ਵਾਹ ਜੀ ਵਾਹ, ਬੜੀ ਰੌਣਕ ਇੱਥੇ ਲੱਗੀ ਪੂਰੀ ਜੀ ਐਨ। ਤੇ ਅੱਛਾ ਵੀ ਕੰਮ ਕਾਰ ਅੱਜ ਕੱਲ੍ਹ ਫਿਰ ਫਰੀ ਹੋਣੇ ਨਾ? ਨਹੀਂ ਕੰਮ ਕਾਰ ਤਾਂ ਸਰਕਾਰੀ ਹੋਏ ਹੋਏ ਆ, ਇੱਥੋਂ ਸਰਕਾਰ ਦੇ ਬੰਦੇ ਅਸੀਂ। ਤੇ ਕੀ ਲਾਈਫ ਹੈਗੀ ਆ ਜੀ ਇੱਥੇ ਆਪਣੇ, ਜੇ ਅਸੀਂ ਗੱਲ ਕਰੀਏ, ਚਲੋ ਬਜ਼ੁਰਗ ਤਾਂ ਨਹੀਂ ਕਹਿਣਾ ਚਾਹੀਦਾ। ਹਾਂ ਕੀ ਲਾਈਫ ਕੀ ਹੈ ਇੱਥੋਂ ਦੀ ਫਰਿੱਜ ਨੂੰ? ਲਾਈਫ ਵਧੀਆ ਜੀ, ਹਵਾ ਪਾਣੀ, ਬਾਕੀ ਹਸਪਤਾਲ ਦਾ ਇਲਾਜ, ਪੁਲਿਸ ਵਾਲਿਆਂ ਦਾ, ਇਹ ਸਭ ਕਾਸੇ ਦਾ ਵਧੀਆ ਇਲਾਜ, ਸਾਰੇ ਫਾਇਦੇ ਹੁੰਦੇ ਜੀ ਇੱਥੇ। ਵਾਹ ਜੀ ਵਾਹ। ਹਾਂਜੀ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਹਾਂਜੀ ਗੁਰਮੀਤ ਸਿੰਘ ਅਟਵਾਲ। ਅਟਵਾਲ ਸਾਹਿਬ ਤੁਸੀਂ ਕਿਹੜਾ ਏਰੀਆ ਪੰਜਾਬ ਤੋਂ ਜੀ? ਆਪਣਾ ਜਲੰਧਰ ਹੈ ਜੀ। ਕਾਫੀ ਦੇਰ ਹੋ ਗਈ ਆਇਆਂ ਨੂੰ? ਮੈਨੂੰ 20 ਸਾਲ ਲੱਗ ਗਿਆ। ਵਾਹ ਜੀ ਵਾਹ। ਤੇ ਪੰਜਾਬ ਦਾ ਕੀ ਮਾਹੌਲ ਲੱਗਦਾ ਜੀ ਹੁਣ, ਜਾਂਦੇ ਪੰਜਾਬ ਕਿ ਨਹੀਂ ਜਾਂਦੇ? ਪੰਜਾਬ ਦਾ ਹਾਲ ਉੱਥੇ ਮੰਦਾ ਹੀ ਆ, ਉੱਥੇ ਨਸ਼ਾ ਪਤਾ ਜ਼ਿਆਦਾ। ਅੱਛਾ ਜੀ। ਇੱਥੋਂ ਬਚਾਇਆ ਤਾਂ ਨਹੀਂ? ਜਦੋਂ ਤੁਸੀਂ 20 ਸਾਲ ਪਹਿਲਾਂ ਆਏ ਸੀ ਉਦੋਂ ਪੰਜਾਬ ਵਧੀਆ ਸੀ ਕਿ ਹੁਣ ਵਧੀਆ? ਹੁਣ ਤਾਂ ਮੇਰੇ ਖਿਆਲ ਘਟਿਆ, ਵਧੀਆ ਤਾਂ ਲੱਗਦਾ ਨਹੀਂ ਜੇ ਜਾਈਦਾ ਉਸੇ ਕੋਈ ਨਾ ਕੋਈ। ਵਾਹ ਜੀ ਵਾਹ। ਤੇ ਚਲੋ ਜੀ ਮੈਂ ਲਾ ਲਾਂ ਜੀ ਝੱਟ ਮੋਗੀ ਬਾਜੀ। ਲਓ ਜੀ ਨਹੀਂ ਮੈਂ ਥੋੜ੍ਹਾ ਹੀ ਖੇਡਣਾ ਜੀ।
ਕੱਢੋ ਜੀ ਤੇਰਾ, ਮੇਰੇ ਕੋਲ ਤਾਂ ਇੰਨੀ ਇੱਧਰ ਕੱਢੋ ਜੀ, ਕਿੱਥੇ ਰੱਖਿਆ ਪੱਤੇ? ਅੱਛਾ ਉਹ ਪੱਤੇ ਸਿੱਧੇ ਕਰੋ ਜੀ, ਆਹ ਕਰਨੇ ਆ ਜੀ, ਆਹ ਚਾਰ ਦੇ ਥੱਲੇ ਇਹਨਾਂ ਚ ਕਰਦੇ, ਕੋਈ ਕਰਦੇ ਹੋ ਆਹ ਕਰ ਲਓ। ਠੀਕ ਹੈ ਠੀਕ ਹੈ। ਆ ਹੁਣ ਕਿਹਨੂੰ ਰਹਿ ਗਏ ਹੁਣ ਹੋਰ ਆਉਣੇ ਜੀ ਚਾਰ? ਇੱਥੇ ਰੱਖੋ ਜੀ, ਇੱਧਰ ਦੇ ਆ ਲਓ ਜੀ। ਦੁਬਾਰੇ ਬਣ ਲਓ ਜੀ ਤੁਸੀਂ ਮੇਰੇ ਵੰਡੇ ਪਰ, ਤੇ ਪੁਲਿਸ ਵਾਲੇ ਤੇ ਪੈਸੇ ਨੀ ਚੰਗੇ ਹੁੰਦੇ। ਚਲੋ ਮਿਹਰਬਾਨੀ, ਇੱਧਰ ਕਰਦੇ ਗੱਲਬਾਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਕੀ ਨਾਮ ਤੁਹਾਡਾ? ਬਹੁਤ ਵਧੀਆ ਜੀ, ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਅਮਨਦੀਪ ਜੀ ਕਿੱਦਾਂ ਫਿਰ ਅੱਜ ਫਰਾਈਡੇ ਵਿਹਲੇ ਹੁੰਦੇ ਕਿ ਉਦਾਂ? ਨਹੀਂ ਮੈਂ ਹਲੇ ਇੱਕ ਮਹੀਨਾ ਹੀ ਹੋਇਆ ਇੱਥੇ ਆਏ ਨੂੰ। ਇੰਡੀਆ ਤੋਂ? ਇੰਡੀਆ ਤੋਂ ਕਿਹੜਾ ਏਰੀਆ ਫਿਰ ਆਪਣਾ? ਮੇਰਾ ਇੰਡੀਆ ਚੋਂ ਹਰਿਆਣੇ 'ਚ ਪੈਂਦਾ ਅੰਬਾਲਾ ਸ਼ਹਿਰ। ਅੰਬਾਲਾ ਹਰਿਆਣਾ, ਛੋਰੇ ਕਾ ਛੋਰਾ ਹਰਿਆਣੇ ਕਾ? ਹਾਂਜੀ। ਤਿੰਨ ਪੰਜ ਮਤ ਕਰੀਏ ਗੋਡੀਆਂ ਨੀਚੇ ਧਰ ਲਿਓ। ਹਾਂਜੀ। ਗਾਣਾ ਗਾਉਂਦੇ ਉਹਨੇ? ਨਹੀਂ ਮੈਂ ਪੰਜਾਬੀ ਹਾਂ, ਥੋੜ੍ਹਾ ਪੰਜਾਬੀ ਜਾ ਸਕਦਾ। ਅੱਛਾ ਅੱਛਾ, ਠੀਕ ਹੈ। ਹਾਂਜੀ ਲਓ ਜੀ, ਬੜਾ ਵਧੀਆ ਮਾਹੌਲ ਪੈਦਾ ਹੋਈ ਪਈ ਆ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਵਧੀਆ ਜੀ। ਸੀਪ ਚੱਲਦੀ ਫਿਰ? ਹਾਂਜੀ। ਇਹ ਕਹਿੰਦੇ ਵੀ ਜਿਹੜਾ ਸੀਪ ਦਾ ਜਿਹਨੂੰ ਆਦਤ ਪੈ ਜਾਂਦੀ ਹੈ ਜਾਂ ਤਾਸ਼ ਦੀ ਜਾਂਦੀ ਨਹੀਂ, ਉਹ ਇੱਦਾਂ ਠੀਕ ਹੈ ਜਾਂ ਨਹੀਂ? ਮੈਂ ਤਾਂ ਨਹੀਂ ਜੀ ਮੰਨਦਾ, ਕਿਉਂਕਿ ਆਪਦੇ ਬਸ ਹੁੰਦਾ ਕਹਿੰਦੇ, ਜੀਵ ਦੀ ਆਦਤ ਪੈ ਜੇ ਉਹ ਵੀ ਹਟ ਜਾਂਦੀ ਹੈ ਜਿਹਨੇ ਹਟਾਉਣੀ ਆ ਜੀ, ਤੇ ਇਹ ਆ ਤੇ ਇਹ ਵੀ ਕੋਈ ਗੱਲ ਨਹੀਂ, ਇਹਦਾ ਰਿਕਰੀਏਸ਼ਨ ਕਰਦੇ। ਅੱਛਾ, ਜਿਹੜੀਆਂ ਇਹ ਇੱਥੇ ਹੁਣ ਸੱਥ ਲੱਗਦੀ ਪੂਰੀ ਪੰਜਾਬ ਦੀ, ਪਿੰਡ ਦੀ ਸੱਥ, ਤੇ ਪਿੰਡਾਂ ਦੇ ਵਿੱਚੋਂ ਇਹ ਚੀਜ਼ਾਂ ਪੰਜਾਬ 'ਚੋਂ ਖਤਮ ਹੋ ਗਈਆਂ, ਇੱਧਰਲੇ ਮੁਲਕਾਂ ਦੇ ਵਿੱਚ ਹੈਗੀਆਂ? ਉੱਥੇ ਵੀ ਖਤਮ ਨਹੀਂ ਹੋਈਆਂ ਜੀ, ਉੱਥੇ ਵੀ ਹੈਗੀਆਂ ਪਿੰਡਾਂ ਜਿੱਦਾਂ। ਹਾਂ ਬਹੁਤ ਘੱਟ ਹੈ ਜੀ ਉੱਥੇ। ਹਾਂ ਉੱਥੇ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਜੀ, ਸਰਕਾਰਾਂ ਨੇ ਕਈ ਕੁਛ ਹੋਰ ਹੀ ਕੁਛ ਬਣਾ ਤੇ ਪਿੰਡਾਂ ਦੇ ਹਾਲ। ਆਹ ਫਿਰ ਉਹ ਤਾਂ ਹੈਗਾ ਹੀ ਆ, ਉਹਨਾਂ ਨੇ ਕਿਉਂਕਿ ਜਿਹੜੇ ਸਿਆਸੀ ਲੀਡਰ ਨੇ ਉਹ ਬਸ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਨੇ। ਅੱਛਾ ਜੀ, ਇੱਕ ਚਲੋ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ, ਤੁਸੀਂ ਗੇਮ ਖੇਡੀ? ਚਲੋ ਤੁਸੀਂ। ਹਾਂਜੀ ਹਾਂਜੀ, ਨਾਮ ਦੱਸ ਦਿਓ। ਬਲਿਆਰ ਸਿੰਘ ਰੱਖੜ। ਵਾਹ ਜੀ ਵਾਹ, ਬਲਿਆਰ ਸਿੰਘ ਜੀ, ਬਹਿਜਾ ਬਹਿਜਾ ਕਰਾਈ। ਹਾਂਜੀ। ਤੇ ਜੇ ਉਹ ਕਹਿੰਦੇ ਜੀ ਪਹਿਲਾਂ ਕਹਿੰਦੇ ਸੀ ਨਾ ਜੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਸੀ। ਹਾਂਜੀ ਹਾਂਜੀ। ਤੇ ਜੇ ਆਪਾਂ ਕੈਲੀਫੋਰਨੀਆ ਨੂੰ ਪੰਜਾਬ ਬਣਾਉਣਾ ਹੋਵੇ ਫਿਰ ਕੀ ਕਰਨਾ ਪਊ ਇੱਥੇ? 5-7 ਪੋਸਤਾਂ ਹੋਰ ਮਾਰ ਕੇ ਅਲੱਗ ਬਣੂਗਾ। ਨਹੀਂ ਇਹਨੂੰ ਕੈਲੀਫੋਰਨੀਆ ਨੂੰ ਪੰਜਾਬ ਬਣਾਉਣਾ ਹੋਵੇ, ਇਹ ਨਹੀਂ ਬਣਨਾ ਹੈਗਾ। ਨਹੀਂ ਇੱਥੇ ਉੱਦਾਂ ਦਾ ਨਹੀਂ ਬਣ ਸਕਦਾ। ਨਹੀਂ ਬਿਜਲੀ ਦੇ ਕੱਟ ਲਾਉਣੇ ਸ਼ੁਰੂ ਕਰ ਦਈਏ, ਰੇਤਾ ਮਹਿੰਗੀ ਕਰ ਦਈਏ, ਕੁਛ ਵੀ ਨਹੀਂ ਇੱਥੇ ਵਿਕਣਾ ਹੈ, ਪੀਜ਼ਾ ਸਸਤਾ ਕਰ ਦਈਏ, ਉਹ ਹੋਰ ਲੋਕ ਖਾਊਗੇ ਵਧੀਆ। ਅੱਛਾ ਅੱਛਾ, ਮੈਂ ਕਹਿੰਦਾ 5-7 ਲੀਟਰ ਲਿਆ ਕੇ ਦੇਖੀਏ, ਕਰਦੇ ਕੀ ਇੱਥੇ ਦੇਖ ਲਓ। ਉਹ ਲਿਓ ਇੱਥੇ ਲੁੱਟ ਕੇ ਲੈ ਕੇ ਜਾਓਗੇ, ਹੋਰ ਕਿਉਂ ਨਹੀਂ ਕਰਨਾ? ਬਿਲਕੁਲ ਬਿਲਕੁਲ ਸਹੀ ਗੱਲ। ਚਲੋ ਜੀ ਲਾਓ ਝੱਟ, ਕੋਈ ਨਹੀਂ ਅਸੀਂ ਇੱਧਰ ਹੋਰ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਸਾਹਿਬ, ਕੀ ਨਾਮ ਜੀ? ਦਵਿੰਦਰ ਸਿੰਘ ਗਰੇਵਾਲ ਜੀ। ਗਰੇਵਾਲ ਸਾਹਿਬ, ਵਾਜੀ ਵਾ, ਬੜੀ ਸੋਹਣੀ ਦਸਤਾਰ ਸੁਣਾਈ, ਉਹ ਵੀ ਗੁਲਾਬੀ ਰੰਗ ਦੀ। ਹਾਂਜੀ। ਬਹਿਜਾ ਬਹਿਜਾ ਕਰਾਈ ਪਈ ਹੈ। ਤੁਹਾਨੂੰ ਚੰਗੀ ਲੱਗੀ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਮੈਨੂੰ ਇੱਥੇ ਚੰਗੀ ਲੱਗੀ, ਮੈਨੂੰ ਮਾਹੌਲ ਹੀ ਬੜਾ ਵਧੀਆ ਲੱਗਿਆ ਜੀ ਇੱਥੇ। ਇਹ ਮਾਹੌਲ ਪੂਰਾ ਸ਼ਾਂਤੀਪੂਰਵਕ ਹੈ ਜੀ, ਮਤਲਬ ਇੰਜੋਏ ਕਰਦੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਆ, 1 ਵਜੇ ਤੋਂ ਲਗਭਗ ਆ ਕੇ 4 ਵਜੇ ਤੱਕ ਸਾਰੇ ਨਾ ਆਪਦਾ ਇੰਜੋਏ ਕਰਨ ਆਉਂਦੇ ਆ। ਮੈਂ ਨਿਊਯਾਰਕ ਸੀ, ਉੱਥੇ ਤਾਂ ਇਹੋ ਜਿਹਾ ਮਾਹੌਲ ਕਿਤੇ ਵੀ ਨਹੀਂ ਦਿਖਦਾ। ਦੇਖੋ ਜੀ, ਆਪਣੀਆਂ ਚੇਅਰ ਲੈ ਕੇ ਆਉਣਗੇ, ਆਪਣੇ ਮੇਜ਼ ਲੈ ਕੇ ਆਉਂਦੇ ਆ, ਤਾਸ਼ ਲਿਆ ਕੇ, ਜਿਹੜਾ ਕੋਈ ਆ ਜਾਂਦਾ ਵਾਰੀ ਸਿਰ ਸਾਰਿਆਂ ਨੂੰ ਖੇਡਣ ਦਾ ਮੌਕਾ ਦਿੱਤਾ ਜਾਂਦਾ। ਹੁਣ ਅਸੀਂ ਰਿਟਾਇਰ ਹੋ ਕੇ ਖੇਡ ਹਟੇ ਹਾਂ, ਹੁਣ ਇਹਨਾਂ ਨੂੰ ਮੌਕਾ ਦਿੱਤਾ। ਤੁਹਾਡੀ ਵਾਰੀ ਹੋ ਗਈ ਜੀ ਪੂਰੀ? ਮੈਂ ਵਾਰੀ ਕਰ ਰਿਹਾ। ਤੇ ਜੇ ਜਿੱਦਾਂ ਹੁਣ ਸੀਪ ਵੈਸੇ ਹੀ ਖੇਡਦੇ, ਸ਼ੁਕਲ ਮੇਲੇ ਵਾਲੀ ਕਿ ਪੰਜਾਬ 'ਚ? ਨਾ ਜੀ, ਸ਼ੁਕਲ ਮੇਲਾ, ਸ਼ੁਕਲ ਮੇਲਾ। ਹਾਂਜੀ, ਟਾਈਮ ਪਾਸ ਹੋ ਜਾਂਦਾ ਜੀ। ਹਾਂਜੀ ਹਾਂਜੀ ਹਾਂਜੀ। ਇਹ ਜਿਹੜੀ ਇਹਦਾ ਨਾਮ ਜਿਹੜਾ ਪਿਆ ਫਰਿੱਜ ਨੂੰ, ਇੱਕਦਾਂ ਲੱਗਦਾ ਫਰਿੱਜ ਮਤਲਬ ਫਰੈਸ਼ ਨੋ, ਇਹਦੇ ਬਾਰੇ ਮੈਨੂੰ ਨਹੀਂ ਜੀ ਜਾਣਕਾਰੀ, ਕਿਉਂਕਿ ਹਾਂਜੀ ਜੇ ਤੁਹਾਨੂੰ ਪਤਾ ਦੱਸ ਦਿਓ। ਹਾਂਜੀ, ਮੈਨੂੰ ਤਾਂ ਲੱਗਦਾ ਵੀ ਇੱਥੋਂ ਕਿਸੇ ਬੰਦੇ ਨੂੰ ਪੁੱਛਿਆ ਹੋਣਾ ਵੀ ਤੂੰ ਫਰੈਸ਼ ਹੋਣਾ, ਉਹਨੇ ਕਿਹਾ ਨੋ, ਉਹਨੇ ਕਿਹਾ ਚਲੋ ਨਾਂ ਰੱਖ ਦਿਓ ਫਰੈਸ਼ ਨੂੰ। ਠੀਕ, ਗੁੱਡ, ਠੀਕ ਹੈ ਜੀ, ਵਧੀਆ, ਹੋ ਸਕਦਾ। ਬਹੁਤ ਮਿਹਰਬਾਨੀ ਜੀ। ਹਾਂਜੀ ਸਰ ਸਾਹਿਬ। ਹਾਂਜੀ ਹਾਂਜੀ, ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਭਜਨ ਸਿੰਘ। ਹਾਂਜੀ ਭਜਨ ਸਿੰਘ ਜੀ, ਪੰਜਾਬ ਤੋਂ? ਭਜਨ ਸਿੰਘ, ਕਲੇਰ ਮੋਗਾ। ਅਤੇ ਪੰਜਾਬ ਦੀ ਰਾਜਨੀਤੀ ਬਾਰੇ ਤੁਹਾਡੇ ਕੀ ਵਿਚਾਰ? ਜੇ ਤੁਸੀਂ ਰਾਜਨੀਤੀ 'ਚ ਆਉਣਾ ਹੋਵੇ ਪੰਜਾਬ 'ਚ? ਨਾ, ਹੁਣ ਰਿਟਾਇਰ ਹੋ ਗਏ, ਹੁਣ ਕਦਾ ਆਉਣਾ? ਨਹੀਂ ਵੈਸੇ ਰਾਜਨੀਤੀ ਮਤਲਬ? ਨਹੀਂ, ਰਾਜਨੀਤੀ ਕਮੇਟੀ ਤੋਂ ਸ਼ੁਰੂ ਹੁੰਦੀ ਆ, ਕਮੇਟੀ 'ਚੋਂ ਮੈਂ ਰਿਟਾਇਰ ਹੋ ਕੇ ਆਇਆ, ਰਾਜਨੀਤੀ ਤਾਂ ਉੱਥੇ ਨਹੀਂ ਕੀਤੀ ਆਪਾਂ। ਅੱਛਾ ਜੀ, ਸਹੀ ਗੱਲ ਆ। ਨਹੀਂ ਰਾਜਨੀਤੀ ਜੀ ਤਾਂ ਮੈਂ ਕਹਿੰਦਾ ਵੀ ਲੀਡ ਪਾਰਟੀਆਂ ਬਣੀਆਂ ਨੇ, ਸਾਰੇ ਲੀਡਰ ਕਹਿੰਦੇ ਅਸੀਂ ਆਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਜਦੋਂ ਮਤਲਬ ਕਿ ਉਹ ਜਿਹੜੀ ਵਿਰੋਧੀ ਧਿਰ ਹੁੰਦੀ ਆ ਉਹਦੇ ਕੋਲ ਸਾਰੇ ਮਸਲੇ ਆ ਜਾਂਦੇ, ਹੱਲ ਆ ਜਾਂਦੇ ਜੀ 4 ਹਫ਼ਤਿਆਂ 'ਚ। ਟਾਈਮ 'ਤੇ ਹਾਜ਼ਰ ਹਾਂ ਉੱਥੇ, ਫਿਰ ਸਿਆਸਤ ਸਾਰਾ ਕੁਛ ਆ ਜਾਂਦਾ, ਮੱਲੋ ਮੱਲੀ ਧੱਕੇ ਨਾਲ ਹੀ ਸਿਆਸਤ 'ਚ ਲਈ ਜਾਂਦੇ ਉਹ। ਅੱਛਾ ਜੀ,
जे हुण बाहर आ गए हुण शाह तो पासे हुण शाह तो पासे जी ते अच्छा जिद्दां उधर हुंदी सी इधर नहीं मतलब इदां ना पार्टी बाजी दा रौला गूला भी है पंजाबियां दा जिथे जांदे इही हाल आ सारे अच्छा इत्थे भी हैगे जी ये कांग्रेसी आ ते जिवें हुण पंजाब दे विच ते इह वी हो गया ना जी जिहड़े दशहरे दसूरे ने दिवालियां उह वी कहिंदे जी ये कांग्रेसियां दा दशहरा रावण कांग्रेसियां दा उह अकालियां दा रावण तुसीं अकालियां वाले जाणा कि कांग्रेस वाले जाणा नहीं नहीं इत्थे भी सारे कुछ वंडे पए भी है सारे कोई क दसे चाहे ना दसे है इत्थे भी जज्बाजी अंदर खाते हैगी गल थोड़ी सही हाँ जी सर की हाल है जी ठीक है जी इत्थे ठंड ठुंड घट पैंदी मेरे ख्याल ठंड लगदी नहीं गाना अपने जो जाते नहीं गे ਜਿਹੜੇ ਉਧਰਲੇ ਗਾਉਣਾ ਉਹ ਨਹੀਂ ਜਾਂਦੇ ਇੱਧਰ ਆ ਕੇ ਪਾਣੀ ਜਿਹੜਾ ਉੱਥੇ ਦਾ ਪੀਤਾ ਜੀ ਉਹ ਮੇਰੇ ਖਿਆਲ ਕਿਤੇ ਵੀ ਚੱਲ ਜਾਓ ਆ ਜਾਂਦਾ ਸਾਹਮਣੇ ਹਾਂਜੀ ਮੈਂ ਮਨਜੀਤ ਸਿੰਘ ਮਾਨ ਲੁਧਿਆਣਾ ਮਾਨ ਸਾਹਿਬ ਤੇ ਫਿਰ ਪੰਜਾਬ ਦਾ ਕੀ ਮਾਹੌਲ ਲੱਗਦਾ ਤੁਹਾਨੂੰ ਹੁਣ ਤਾਂ 2-3 ਸਾਲ ਹੋ ਗਏ ਆਇਆਂ ਨੂੰ ਕੋਈ ਪਤਾ ਨਹੀਂ ਬਸ 2-3 ਸਾਲ ਤਾਂ ਕੁਛ ਨਹੀਂ ਬਦਲਿਆ ਜੀ 2-3 ਸਾਲ ਤਾਂ ਕੈਪਟਨ ਹੀ ਬਦਲਿਆ ਮੈਨੂੰ ਲੱਗਦਾ ਬਾਕੀ ਤਾਂ ਹੋ ਹੀ ਆ ਸਰ ਕੈਪਟਨ ਤਾਂ ਸਾਡੇ ਹੁੰਦਿਆਂ ਦੀ ਬਦਲ ਗਿਆ ਜੀ ਕੈਪਟਨ ਦਾ ਹੁੰਦਿਆਂ ਦੇ ਬਦਲ ਗਿਆ ਠੀਕ ਹੈ ਹਾਂ ਉਹ ਤਾਂ ਰੂਸਾਂ ਦੇ ਨਾਲ ਹੀ ਰਹਿੰਦਾ ਆਹੋ ਜੀ ਦੇਖੋ ਇੱਦਾਂ ਹੀ ਆ ਸਮਝ ਨਹੀਂ ਆਉਂਦੀ ਦੇਖੋ ਲੋਕੀ ਵੋਟਾਂ ਪਾਉਂਦੇ ਫਿਰ ਵੀ ਪਾਉਣੀਆਂ ਹੀ ਪੈਂਦੀਆਂ ਨੇ ਹਾਂਜੀ ਮੈਂ ਕਿਹਾ ਪਾਉਣੀਆਂ ਹੀ ਪੈਂਦੀਆਂ ਨੇ ਲੋਕਾਂ ਨੂੰ ਮਜ਼ਬੂਰੀ ਨੂੰ ਤੇ ਜੇ ਹੁਣ ਤੁਹਾਨੂੰ ਬਣਾ ਦਈਏ ਮੁੱਖ ਮੰਤਰੀ ਪੰਜਾਬ ਦਾ ਜੀ ਫਿਰ ਆਪਾਂ ਲੈਣਾ ਕੀ ਹੈ ਤੂੰ ਅੱਛਾ ਬਹਿਜਾ ਬਹਿਜਾ ਤੇ ਕੀ ਸੁਧਾਰ ਕਰੋਗੇ ਪੰਜਾਬ 'ਚ ਆਪਾਂ ਕੀ ਲੈਣਾ ਬਣ ਕੇ ਜੀ ਆਪਾਂ ਤਾਂ ਹਾਸਦੇ ਹਾਂ ਤੁਹਾਡੇ ਨਾਲ ਚਲੋ ਵਧੀਆ ਜੀ ਵਧੀਆ ਮਿਹਰਬਾਨੀ ਹਾਂਜੀ ਸਾਹਿਬ ਸਭ ਤੁਹਾਡਾ ਕਿਹਾ ਜੀ ਤੁਸੀਂ ਕੁਰਸੀ ਬੜੀ ਵਧੀਆ ਲਾਇਆ ਜੀ ਬੜੀ ਰਿਲੈਕਸ ਲੱਗਦੀ ਸੀ ਹਾਂਜੀ ਪਹਿਲਾਂ ਤੋਂ ਹੀ ਆਈ ਆਏ ਹਾਂ ਮੇਰਾ ਮੈਚ ਮੂਚ ਦੇਖਣਾ ਹੋਵੇ ਆਰਾਮ ਨਾਲ ਬੈਠ ਜਾਓ ਹਾਂ ਗੁਰਿੰਦਰਪਾਲ ਸਿੰਘ ਆ ਮਾਲਾ ਪਿੰਡ ਆ ਜੀ ਮੇਰਾ ਮਾਲਾ ਪਿੰਡ ਕਿੱਥੇ ਪਿਆ ਜੀ ਇਹ ਮਾਲਾ ਮੋਦੀ ਕੀ ਬਾਗਾ ਪੁਰਾਣਾ ਰੋਡ ਤੇ ਆ ਜੀ ਅੱਛਾ ਉਧਰਲੇ ਪਾਸੇ ਹੈਗਾ ਤੇ ਕੀ ਮਾਹੌਲ ਉਧਰ ਪੁਰਾਣੇ ਨੂੰ ਕਹਿੰਦੇ ਵੀ ਬਦਲ ਗਿਆ ਪੰਜਾਬ ਬਦਲ ਗਿਆ ਪੰਜਾਬ ਬਦਲਿਆ ਕੀ ਬਦਲਿਆ ਪੰਜਾਬ 'ਚ ਇੱਕ ਤਾਂ ਉਹ ਕਹਿੰਦੇ ਮਲਾਈ ਵਰਗੀਆਂ ਕਹਿੰਦੇ ਸੜਕਾਂ ਆ ਗਈਆਂ ਭਾਵੇਂ ਜੀਬ ਨਾਲ ਚੱਟੀ ਜਾਓ ਤੇ ਬੰਬ ਮਾਰ ਕੇ ਚਾਹੇ ਟੁੱਟਦੀਆਂ ਨਹੀਂ ਨਹੀਂ ਕਿੱਥੇ ਵੇਖੇ ਜੀ ਅਸੀਂ ਤਾਂ ਵੇਖੇ ਨਹੀਂ ਆ ਨਹੀਂ ਸੁਣਿਆ ਹੀ ਹੈ ਜੀ ਮੰਮ ਨਹੀਂ ਉਹਨੇ ਸੀ ਦੀ ਰੋਡ ਹੈ ਜਿੰਦੇ ਇਹਦੀ ਇਹਦੀ ਟੋਆ ਇਹਦੀ ਬੈਗ ਇਹਦੀ ਖੱਡਾ ਬੈਗ ਖੱਡਾ ਹਰਸਿਮਰਤ ਕੌਰ ਬੋਲੀ ਸੀਗੀ ਜਦੋਂ ਸਾਡੇ ਲੀਡਰਾਂ ਨੂੰ ਇੰਨੀ ਬੋਲੀ ਆਉਂਦੀ ਤੇ ਸਾਨੂੰ ਤਾਂ ਸਿੱਖਣ ਦੀ ਲੋੜ ਕੀ ਹੈ ਬਿਲਕੁਲ ਕਹਿੰਦੇ ਜੀ ਵਿਕਾਸ ਹੀ ਵਿਕਾਸ ਹੋਇਆ ਪਿਆ ਚਾਰ ਚਪੇੜੇ ਵਿਕਾਸ ਕਿੱਥੇ ਹੋਇਆ ਵਿਨਾਸ਼ ਹੋ ਗਿਆ ਜੀ ਪੰਜਾਬ ਦਾ ਨਾਸ਼ ਜਿਹੜੇ ਸੁਵਿਧਾ ਕੇਂਦਰ ਬਣੇ ਸੀ ਹਾਲਾਤ ਵਾਲੇ ਮਾੜੇ ਹੋ ਸੁਵਿਧਾ ਕੇਂਦਰ 'ਚ ਕੋਈ ਪੈਸਾ ਨਹੀਂ ਉੱਥੇ ਕੰਪਿਊਟਰ 'ਚ ਪੈਂਦਾ ਪੈਸਾ ਪੈਂਦਾ ਜੇਬ 'ਚ ਕੰਪਿਊਟਰ 'ਚ ਜਿਹੜਾ ਸੁਵਿਧਾ ਕੇਂਦਰ ਸੀ ਉਹ ਡੋਬਦਾ ਕੇਂਦਰ ਬਣ ਗਏ ਇਹ ਤਾਂ ਹੈ ਹਰ ਰੋਜ਼ ਉੱਥੇ ਕਤਲ ਹੁੰਦੇ ਆ ਲੜਕੀਆਂ ਨਾਲ ਬਲਾਤਕਾਰ ਹੁੰਦੇ ਆ ਧੱਕੇ ਨਜਾਇਜ਼ ਹੁੰਦੇ ਆ ਕੋਈ ਸਰਕਾਰ ਆ ਜੇ ਆ ਕੈਪਟਨ ਸਰਕਾਰ ਨੇ ਤਾਂ ਜਮਾਂ ਬੇੜਾ ਗਰਕ ਕਰਤਾ ਮੈਨੂੰ ਲੱਗਦਾ ਜੀ ਕੋਈ ਵੀ ਆ ਜਾਏ ਉਹੀ ਹਾਲ ਰਹਿੰਦਾ ਦੂਜੀ ਗੱਲ ਜਿੱਦਾਂ ਹੁਣ ਨਹੀਂ ਮੈਂ ਤੁਹਾਨੂੰ ਇਹ ਦੱਸਿਆ ਥੋੜ੍ਹੀ ਗੱਲ ਹਾਂਜੀ ਬਈ ਅੱਗੇ ਨਾਲੋਂ ਜਿਹੜਾ ਹੁਣ ਕੰਮ ਆ ਤੁਸੀਂ ਵੇਖੋ ਜਿਹੜੇ ਆਪਦੇ ਮੰਤਰੀ ਕਾਂਗਰਸ ਦੇ ਇੰਨੇ ਆ ਇੱਕ ਪਾਸੇ ਤਾਂ ਖਜ਼ਾਨਾ ਖਤਮ ਹੈ ਇੱਕ ਪਾਸੇ ਕਹਿੰਦੇ ਜੀ 17 ਗੱਡੀਆਂ ਸਪੈਸ਼ਲ ਨਵੀਆਂ ਗੱਡੀਆਂ ਲੈਣੀਆਂ ਵੱਡੀਆਂ ਉਦੋਂ ਪੈਸਾ ਕਿੱਥੇ ਆ ਅੱਛਾ ਜਦੋਂ ਲੀਡਰਾਂ ਨੇ ਤਨਖਾਹ ਵਧਾਉਣੀ ਹੁੰਦੀ ਨਾ ਐਮਐਲਏ ਦੀ ਉਦੋਂ ਕੋਈ ਵਿਰੋਧੀ ਪਾਰਟੀ ਵਾਲੇ ਨਹੀਂ ਬੋਲਦਾ ਵੀ ਨਹੀਂ ਵਧਾਉਣੀ ਚਾਹੀਦੀ ਆਹ ਹੁਣ ਵੇਖੋ ਜੀ ਕਿੰਨਾ ਚਿਰ ਹੋ ਗਿਆ ਕੈਪਟਨ ਨੂੰ ਬਣੇ ਨੂੰ ਆਪਾਂ ਤਾਂ ਇਹੀ ਗੱਲ ਕਰਦੇ ਹਾਂ ਮੁੱਖ ਮੰਤਰੀ ਆ ਮੁੱਖ ਮੰਤਰੀ ਹੋ ਕੇ ਅੱਜ ਤਾਂ ਹੀ ਉਹਨੇ ਕੋਈ ਬਿਆਨ ਦਿੱਤਾ ਕਿਤੇ ਬਾਹਰ ਨਿਕਲਿਆ ਕਿਤੇ ਕਿਸੇ ਦੀ ਸੁਣੀ ਹੈ ਆਏ ਨੇ ਆ ਸਿੱਧੂ ਨੇ ਕਿੰਨਾ ਕਰਤਾ ਲਾਂਘਾ ਖੋਲਿਆ ਤੇ ਉਹਦੇ ਵੀ ਖਿਲਾਫ ਸਾਰੀ ਦੁਨੀਆ ਨੂੰ ਕਲਾਮ ਕਰਦੀ ਆ ਪੈਰੀ ਹੱਥ ਲਾਉਂਦੀ ਜਿੱਦਾਂ ਇਹਨਾਂ ਨੇ ਕਿਹਾ ਵੀ ਸੁਵਿਧਾ ਕੇਂਦਰ 'ਚ ਕੋਈ ਸੁਵਿਧਾ ਨਹੀਂ ਹੈਗੀ ਠੀਕ ਆ ਉਲਟਾ ਪਰੇਸ਼ਾਨੀਆਂ ਆਉਂਦੀਆਂ ਜਿਵੇਂ ਉੱਥੇ ਨਸ਼ਾ ਛਡਾਉਣ ਵਾਲੇ ਜਿੰਨੇ ਕੇਂਦਰ ਨੇ ਉਹ ਸਭ ਤੋਂ ਵੱਧ ਉੱਥੇ ਹੁੰਦਾ ਤੇ ਜਿਹੜੀਆਂ ਜੇਲ੍ਹਾਂ ਦੇ ਵਿੱਚੋਂ ਆਮ ਨਸ਼ਾ ਮਿਲਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮਿਲਦਾ ਜੀ ਸ਼ਰੇਆਮ ਮਿਲਦਾ ਤੇ ਇਹ ਹੱਲ ਕਿਵੇਂ ਹੱਲ ਕੀ ਇਹਦਾ ਹੱਲ ਇਹਦਾ ਕੀ ਹੋਣਾ ਮੈਂ ਤਾਂ ਸੋਚਦਾ ਤੁਹਾਨੂੰ ਬਣਾ ਦਈਏ ਮੁੱਖ ਮੰਤਰੀ ਤੁਸੀਂ ਮੇਰੇ ਨਾਲ ਫੱਟੇ ਚੱਕ ਦੋਗੇ ਨਹੀਂ ਤਾਂ ਚੱਕਦੇ ਨਹੀਂ ਸਾਡਾ 4 ਵਜੇ ਟਾਈਮ ਹੋਏ ਨਾ ਤੇ ਅਸੀਂ ਤਾਂ ਪੈ ਪੀ ਕੇ ਹੁਣ ਸੌ ਜਾਣਾ ਮਾਰਦੇ ਆ ਮਤਲਬ ਤੇ ਮੁੱਖ ਮੰਤਰੀ ਆ ਕਿਹੜੀ ਦੇਸੀ ਕਿ ਅੰਗਰੇਜ਼ੀ ਨਹੀਂ ਅਸੀਂ ਦੇਸੀ ਵੀ ਸਾਡਾ ਬੰਦਾ ਹੈਗਾ ਇੱਥੇ ਇੱਕ ਘਰ ਦੀ ਗੱਡੀ ਮਿਲ ਜਾਂਦਾ ਤੇ ਅੰਗਰੇਜ਼ੀ ਵੀ ਆ ਬਸ ਚਲੋ ਜੀ ਫਿਰ ਤਾਂ ਮੁੱਖ ਮੰਤਰੀ ਫਿਰ ਤਾਂ ਮੋਦੀ ਤੋਂ ਵੀ ਉੱਤੇ ਹੋ ਗਿਆ ਕੰਮ 4 ਵਜੇ ਮੋਦੀ ਸਾਡੇ ਅੱਗੇ ਚੀਜ਼ ਆ ਠੀਕ ਆ ਮਿਹਰਬਾਨੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੈਰੀ ਪੈਣਾ ਜੀ ਹਾਂਜੀ ਦੱਸੋ ਠੀਕ ਠਾਕ ਜੀ ਹਾਂਜੀ ਹਾਂਜੀ ਮੈਂ ਆਇਆ ਸੀ ਪੰਜਾਬ ਪੁਲਿਸ ਤੋਂ ਅੱਛਾ ਜੀ ਤੇ ਉਹ ਕਹਿੰਦੇ ਵੀ ਪੰਜਾਬ ਦੀਆਂ ਜੇਲ੍ਹਾਂ ਕਹਿੰਦੇ ਗਹਿਣੇ ਰੱਖਣੀਆਂ ਗਹਿਣੇ ਹਾਂਜੀ ਪੈਸਾ ਕਹਿੰਦੇ ਸਰਕਾਰ ਕੋਲ ਹੈ ਨਹੀਂ ਤੇ ਮੈਂ ਕਿਹਾ ਕੋਈ ਨਹੀਂ ਮੈਂ ਕੁਛ ਕਰਦਾ ਬਾਹਰ ਪੰਜਾਬੀਆਂ ਨੂੰ ਜਾ ਕੇ ਤੇ ਵੀ
ਰੋਪੜ ਰੋਪੜ ਜ਼ਿਲ੍ਹੇ ਦੀ ਇਹ ਪਹਿਚਾਣ ਪੜ੍ਹਿਆ ਲਿਖਿਆ ਹਰ ਇਨਸਾਨ ਕਹਿੰਦੇ ਰੋਪੜ ਗੰਨਾ ਮਿੱਲ ਹਾਂਜੀ ਉੱਥੇ ਕਿੰਨੀ ਦੇਰ ਹੋ ਗਈ ਜੀ ਇੱਧਰ ਫਿਰ ਥੋੜੇ ਚਿਰ ਹੋਇਆ ਤੇ ਕੀ ਮਾਹੌਲ ਲੱਗਦਾ ਇੱਧਰ ਉੱਧਰ ਨਾਲੋਂ ਚੰਗਾ ਮਾਹੌਲ ਹੈ ਅਸੀਂ ਰੋਟੀ ਚੰਗੀ ਮਿਲਦੀ ਵਾ ਹੋਰ ਗਿਆ ਹੋਰ ਧਿਆਨ ਰੱਖਦੇ ਜੀ ਬੰਦੇ ਦਾ ਨਾ ਵਧੀਆ ਗੌਰਮੈਂਟ ਚੰਗੀ ਹੈ ਹਾਂਜੀ ਹਾਂਜੀ ਤੇ ਉੱਧਰ ਗੌਰਮੈਂਟਾਂ ਹੀ ਮਾਰੀਆਂ ਮੈਂ ਚੰਗਾ ਜੀ ਬਹੁਤ ਵਧੀਆ ਜੀ ਇੱਧਰ ਇੱਧਰ ਹੋਣਾ ਜੀ ਦੇਖੋ ਜੀ ਖੂੰਡੀਆਂ ਤੁਹਾਡੇ ਦੋਹਾਂ ਕੋਈ ਫੜੀਆਂ ਤੇ ਮੈਨੂੰ ਡਰ ਜਿਹਾ ਲੱਗਦਾ ਹੈ ਬੇਚਾਰੇ ਮਾਰੇ ਪਏ ਆ ਭੁੱਖ ਦੁੱਖਾਂ ਦੇ ਕੀ ਆ ਉੱਥੇ ਹੁਣ ਛੱਡਿਆ ਬਾਦਲ ਬੁਰਾ ਹਾਲ ਕਰਤਾ ਜੀ ਸਾਰੇ ਉਧਰ ਮਤਲਬ ਇਉਂ ਹੀ ਲੱਗੇ ਵੀ ਪੈਸਾ ਇਕੱਠਾ ਸਾਰਾ ਕਰ ਲੋ ਟਾਰਗੇਟ ਹੁੰਦਾ ਬਾਹਰ ਹਾਲ ਹੋ ਗਿਆ ਗੰਨੇ ਵਾਲੇ ਦੇ ਨਹੀਂ ਦਿੱਤੇ ਕੋਈ ਕਹਿੰਦਾ ਕਣਕਾਂ ਵਾਲੇ ਦੇ ਦਿੱਤੇ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਪੈਸੇ ਨਹੀਂ ਤਨਖਾਹਾਂ ਨਹੀਂ ਮਿਲਦੀਆਂ ਲੋਕਾਂ ਨੂੰ ਲੋਕ ਊਂ ਬੈਠੇ ਮਾਸਟਰ ਵਿਚਾਰੇ ਰਾਹ ਰੋਕ ਚਲੋ ਜੀ ਕੋਈ ਪਰਮਾਤਮਾ ਕਰੂ ਚੰਗਾ ਟਾਈਮ ਆਊਗਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਇੱਥੇ ਤਾਂ ਜਮਾਂ ਹੀ ਮੈਂ ਐਂ ਲੱਗਦਾ ਜੀ ਜਮਾਂ ਪੰਜਾਬ ਦੇ ਆਪਾਂ ਕਿਸੇ ਪਿੰਡ 'ਚ ਮਾਲ ਵਿੱਚ ਆ ਗਏ ਪਰ ਉੱਥੇ ਮਾਹੌਲ ਹੋਰ ਹੁੰਦਾ ਇੱਥੇ ਬੜਾ ਸਾਫ਼ ਸੁਥਰਾ ਜੀ ਉੱਥੇ ਤਾਂ ਬਾਹਰ ਫਿਰ ਤੁਹਾਨੂੰ ਪਤਾ ਹੀ ਹੈ ਮਿੱਟੀ ਘੱਟਾ ਬਹਿ ਗਿਆ ਮਿੱਟੀ ਮਿੱਟੀ ਬਹਿ ਜਾਂਦੀ ਇੱਥੇ ਪਰ ਫਰਿੰਡੋ ਦੇ ਵਿੱਚ ਖੇਤੀਬਾੜੀ ਕਰਕੇ ਮਿੱਟੀ ਕਾਫੀ ਹੈ ਨਾ ਮਿੱਟੀ ਕਾਫੀ ਹੈ ਠੀਕ ਹੈ ਜੀ ਠੀਕ ਹੈ ਚਲੋ ਮਿਹਰਬਾਨੀ ਜੀ ਹਾਂਜੀ ਤੁਹਾਡਾ ਨਾਮ ਵੀ ਦੱਸ ਦਿਓ ਜੀ ਅਵਤਾਰ ਸਿੰਘ ਹਾਂਜੀ ਤੁਹਾਡਾ ਕਿਹੜਾ ਏਰੀਆ ਜੀ ਅਵਤਾਰ ਸਿੰਘ ਜਲੰਧਰ ਜੀ ਵਾਹ ਜੀ ਵਾਹ ਅਤੇ ਇੱਥੇ ਕੀ ਮਾਹੌਲ ਪੰਜਾਬੀਆਂ ਦਾ ਫਰਿੰਡੋ ਦੇ ਵਿੱਚ ਰਹਿਣ ਸਹਿਣ ਕਿਵੇਂ ਦਾ ਹੈ ਰਹਿਣ ਸਹਿਣ ਵਧੀਆ ਸਾਫ਼ ਸੁਥਰਾ ਖਾਣ ਪੀਣ ਵਾਲੀ ਚੀਜ਼ ਸਾਫ਼ ਸੁਥਰੀ ਮਿਲਦੀ ਆ ਸਾਰੀਆਂ ਸਹੂਲਤਾਂ ਹੈਗੀਆਂ ਕਿੰਨੀ ਕੁ ਆਬਾਦੀ ਹੈ ਜੀ ਪੰਜਾਬੀਆਂ ਦੀ ਫਰਿੰਡੋ 'ਚ ਪੰਜਾਬੀ ਬਹੁਤ ਆਬਾਦੀ ਇੱਥੇ ਆਪਣੇ ਗੁਰੂ ਘਰ ਕਿੰਨੇ ਜੀ ਗੁਰਦੁਆਰਾ ਕਾਫੀ ਹੈਗੇ ਆ ਜੀ ਇੱਧਰ ਵੀ ਦੋ ਹੈਗੇ ਆ ਇੱਧਰ ਵੀ ਹੈਗੇ ਆ ਇੱਧਰ ਵੀ ਹੈਗੇ ਆ ਗੁਰਦੁਆਰੇ ਮਤਲਬ ਜਿੰਨੇ ਕਹਿ ਦੋ ਉਨੇ ਥੋੜੇ ਆ ਜੀ ਗੁਰਦੁਆਰੇ ਤਾਂ ਜਿੱਦਾਂ ਨਿਊਯਾਰਕ ਸੀਗੇ ਜੀ ਕਹਿੰਦੇ ਜੀ ਲੁਬਾਣਿਆਂ ਦਾ ਇਹ ਜੱਟਾਂ ਦਾ ਇਹ ਉਹਨਾਂ ਦਾ ਕੋਈ ਰਾਮਗੜੀਆਂ ਨੇ ਬਣਾਇਆ ਕੋਈ ਲੁਬਾਣੇ ਨੇ ਬਣਾਇਆ ਇੱਕ ਪੁੱਛਿਆ ਵੀ ਆ ਨਵਾਂ ਗੁਰਦੁਆਰਾ ਖੁੱਲਿਆ ਇਹ ਕਿਹਦਾ ਇਹ ਕਹਿੰਦੇ ਜੀ ਪਿਛਲੇ ਸਾਲ ਦੋ ਪ੍ਰਧਾਨ ਲੜ ਪਏ ਸੀ ਜਿਹੜਾ ਲੜ ਪਿਆ ਸੀ ਇਹ ਕੋਨੇ ਆਪਦਾ ਖੋਲ ਲਿਆ ਇਹ ਹਾਲ ਸਾਡੇ ਪੰਜਾਬੀਆਂ ਦਾ ਹੈਗਾ ਜੀ ਗੁਰੂ ਘਰ ਦਾ ਚਲੋ ਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਹਾਂਜੀ ਭਾਅ ਜੀ ਕਿੱਦਾਂ ਹਾਂਜੀ ਤੁਸੀਂ ਲਾ ਲਈ ਚਟਕਣੀ ਹਾਂਜੀ ਹਾਂਜੀ ਅਸੀਂ ਤਾਂ ਲਾ ਲਈਏ ਅੱਛਾ ਅਤੇ ਕਿੰਨੀ ਕੁ ਵਾਰੀ ਜਿੱਤੇ ਤੁਸੀਂ ਕਿੰਨੀ ਕੁ ਵਾਰੀ ਹਾਰੇ ਸੀਪ ਖੇਡਦੇ ਕਿੰਨੀਆਂ ਬਾਜੀਆਂ ਕੋਈ ਇੱਕ ਟਾਈਮ 'ਚ ਕਿੰਨੀਆਂ ਇੱਕ ਦਿਨ 'ਚ ਲੱਗਦੀਆਂ ਪੰਜ ਚਾਰ ਕੇ ਲਾਈ ਦੀਆਂ ਬਸ ਅਤੇ ਕਿੰਨੀਆਂ ਜਿੱਤਦੇ ਫਿਰ ਉਹਨਾਂ 'ਚੋਂ ਕਦੇ ਹਾਰ ਜਾਈਦਾ ਕਦੇ ਜਿੱਤ ਜਾਈਦਾ ਵਾਹ ਜੀ ਵਾਹ ਚਲੋ ਇੱਕ ਟਾਈਮ ਪਾਸ ਕਰਨ ਦਾ ਵਧੀਆ ਜ਼ਰੀਆ ਉਦੋਂ ਵੱਡੀ ਗੱਲ ਕਿ ਮੇਲ ਮਿਲਾਪ ਹੋ ਜਾਂਦੇ ਇੱਥੇ ਇੱਥੇ ਪੰਜਾਬੀਆਂ ਦਾ ਕਾਫੀ ਵੈਸੇ ਵਧੀਆ ਹੈਗਾ ਮਾਹੌਲ ਕਈ ਬਜ਼ੁਰਗ ਵੈਸੇ ਕਹਿੰਦੇ ਨੇ ਵੀ ਸਾਨੂੰ ਤਾਂ ਭਾਈ ਨਿਆਣੇ ਸਾਹਮਣੇ ਨੂੰ ਰੱਖੇ ਜਾਂਦੇ ਪੋਤਲੇ ਬਦਲੇ ਜਾਈਦਾ ਕਈਆਂ ਦੇ ਠੀਕ ਹੈ ਮਾਹੌਲ ਹਾਂਜੀ ਹੈ ਨਾ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਜੀ ਇਹ ਬੜਾ ਵਧੀਆ ਲੱਗਿਆ ਇੱਥੇ ਆ ਕੇ ਪਾਰਕ ਦੇ ਵਿੱਚ ਲਓ ਜੀ ਇੱਧਰ ਦੇਖਦੇ ਕੀ ਹੈ ਪਾਰਕ ਦੇ ਨਜ਼ਾਰੇ ਬੱਲੇ 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 ਬਾਰਬੀਕਿਊ ਲਾਇਆ ਪਿਆ ਧੂੰਆਂ ਨਿਕਲ ਰਿਹਾ ਇਹ ਹੁੰਦੇ ਨਜ਼ਾਰੇ ਬਾਹਰਲੇ ਮੁਲਕਾਂ ਦੇ ਲਓ ਜੀ ਦੇ ਵਿੱਚ ਬੜੇ ਵਧੀਆ ਝੂਲੇ ਵੀ ਬਣਾਏ ਨਿਆਣਿਆਂ ਵਾਸਤੇ ਪਾਰਕਾਂ ਦੇ ਵਿੱਚ ਇੰਡੀਆ ਵੀ ਬਣੇ ਤਾਂ ਪਰ ਇੰਡੀਆ ਇਹ ਵੀ ਜਿੱਥੇ 2 ਲੱਖ ਦੇ ਝੂਲੇ ਨੇ ਉੱਥੇ 60-60 ਲੱਖ ਦਾ ਬਿੱਲ ਬਣਦਾ ਤਾਂ ਹੀ ਤਾਂ ਆਹ ਮੁਲਕ ਤਰੱਕੀਆਂ ਕਰਦੇ ਨੇ ਐਵੇਂ ਹੋਰ ਨਾ ਚਲਾਣ ਹੀ ਕੱਟ ਦੇਣ ਕਿਤੇ ਨਿਆਣਿਆਂ ਵਾਸਤੇ ਆ ਕਿਤੇ ਵੱਡਿਆਂ ਵਾਸਤੇ ਕਿਤੇ ਹੋਰ ਜੰਮ ਪੈ ਜਾਏ ਕੋਈ ਉੱਧਰ ਦੇਖਦੇ ਆ ਬੱਲੇ ਬੱਲੇ ਆਹ ਖਾਲੀ ਆ ਇਹਦੇ 'ਚ ਦੇਖਦੇ ਕਿਵੇਂ ਕਰਦੇ ਆ ਇਹ ਕਿੱਦਾਂ ਮੋਗਾ ਜਿਹਾ ਬਣਿਆ ਹੋਇਆ ਇਹਦੇ ਵਿੱਚ ਕਿਵੇਂ ਵੜਦੇ ਹੋਣਗੇ ਉਹ ਅੱਛਾ ਮਤਲਬ ਉੱਧਰ ਦੀ ਨਿਆਣੇ ਜਾਂਦੇ ਅਤੇ ਇਹਦੇ ਬਈ ਦੀ ਬਾਹਰ ਡਿੱਗਦੇ ਆ ਵੈਸੇ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਿਆ ਹੋਇਆ ਦੇਖੋ ਨਾਲ ਜਿਹੜਾ ਮੋਟਾ ਮੋਟਾ ਲਾਇਆ ਗੱਦਾ ਜਿਹਾ ਇਹ ਬੱਚਾ ਡਿੱਗ ਡੁੱਗ ਵੀ ਪਵੇ ਸੱਟ ਨਹੀਂ ਲੱਗਦੀ ਬੜੇ ਤੇਜ਼ ਨਿਆਣੇ ਨੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਢੀਂਡਸਾ ਜੀ ਵਾਹ ਜੀ ਵਾਹ ਅੱਛਾ ਢੀਂਡਸਾ ਸਾਹਿਬ ਆਪਾਂ ਜੇ ਕਰੀਏ ਫਰਕ ਰਾਜਨੀਤੀ ਦਾ ਕੋਈ ਰਾਜਨੀਤੀ ਬਾਰੇ ਕੋਈ ਹੈ ਜਾਣਕਾਰੀ ਪੰਜਾਬ ਦਾ ਜਾਂ ਇੱਥੋਂ ਦਾ ਕੀ ਫਰਕ ਹੈ
ਇੱਥੋਂ ਦਾ ਬਹੁਤ ਫਰਕ ਹੈ ਜੀ, ਇੱਥੋਂ ਦਾ ਅਤੇ ਪੰਜਾਬ ਦਾ। ਇੱਥੇ ਰੈਲੀਆਂ ਕਿਉਂ ਨਹੀਂ ਕਰਦੇ ਜਿਵੇਂ ਉਹ ਟਰਾਲੀਆਂ ਭਰ ਕੇ ਜਾਂਦੀਆਂ, ਇੱਥੇ ਨਹੀਂ ਜਾਂਦੀਆਂ ਨੇ ਜੀ? ਹਾਂਜੀ, ਉੱਥੇ ਤਾਂ ਸਾਰਾ ਕੰਮ ਤੁਹਾਨੂੰ ਪਤਾ ਹੀ ਹੈ ਜੀ, ਦਿਖਾਵੇਬਾਜ਼ੀ ਜ਼ਿਆਦਾ। ਹਾਂਜੀ ਹਾਂਜੀ, ਸਾਰਾ ਝੂਠ ਤੂਫਾਨ ਹੈ। ਹਾਂਜੀ, ਇੱਥੇ ਫਿਰ ਵੀ ਕੋਈ ਨਾ ਕੋਈ ਸੱਚ 'ਤੇ ਖੜਾ ਕੰਮ, ਇੱਥੇ ਕੁਛ ਨਾ ਕੁਛ ਨਹੀਂ ਮੇਰੇ ਖਿਆਲ ਤਾਂ ਕਾਫ਼ੀ ਸੱਚ 'ਤੇ ਹੈ ਜੀ। ਹਾਂਜੀ, ਬਾਕੀ ਆਪਣੇ ਗੁਰੂ ਘਰਾਂ ਦੇ ਵਿੱਚ ਥੋੜ੍ਹੇ ਜਿਹਾ ਜ਼ਿਆਦਾ ਕੰਮ ਕਰ ਜਾਂਦੇ ਲੋਕ, ਹੇਠਾਂ ਉੱਤਾਂ ਕਾਫ਼ੀ ਗੁਰੂ ਘਰਾਂ ਵਿੱਚ ਕੇਸ ਹੀ ਚੱਲਦੇ ਵਾਲਾ ਕਲਚਰ ਹੈ ਜੀ, ਉਹ ਤਾਂ ਉਹੀ ਉੱਥੇ ਵਾਲਾ ਕਲਚਰ ਹੈਗਾ ਜੀ। ਹਾਂਜੀ ਹਾਂਜੀ, ਅਤੇ ਉਹ ਆਪਣਾ ਕਹਿੰਦੇ ਸੀਗੇ ਕੈਪਟਨ ਸਾਹਿਬ, ਕਹਿੰਦੇ ਮੈਂ 15 ਦਿਨ ਛੁੱਟੀ 'ਤੇ ਜਾਣਾ ਜੀ, ਕੋਈ ਬੰਦਾ ਕਹਿੰਦੇ ਭੇਜੂ ਮੇਰੀ ਜਗ੍ਹਾ, ਤੁਸੀਂ ਜਾਓਗੇ ਉੱਥੇ? ਅੱਛਾ, ਆਪਾਂ ਨੂੰ ਨੇੜੇ ਲੱਗਣ ਦਊ ਜੀ ਉੱਥੇ ਕੋਈ? ਨਹੀਂ, ਮੇਰੀ ਡਿਊਟੀ ਲਾਈ ਜੀ ਉਹਨੇ, ਕਹਿੰਦੇ ਤੂੰ ਬੰਦਾ ਸਿਲੈਕਟ ਕਰਕੇ ਭੇਜਣਾ ਜੀ, ਮੈਂ ਭੇਜਣਾ ਜੀ। ਅੱਛਾ ਜੀ, ਤੁਹਾਨੂੰ ਭੇਜਦੇ 15 ਦਿਨ ਲਈ ਬਣ ਜਾਓਗੇ ਮੁੱਖ ਮੰਤਰੀ? ਨਾ ਕੋਈ ਨਾ, ਇੱਥੇ ਚੰਗੇ ਆ ਜੀ। ਅੱਛਾ, ਚਲੋ ਠੀਕ ਹੈ ਜੀ, ਚਲੋ ਵਧੀਆ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ, ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ ਆਪਣਾ? ਜਸਵੀਰ ਸਿੰਘ। ਵਾਹ ਜੀ ਜਸਵੀਰ ਸਿੰਘ ਜੀ, ਐਨ ਪੂਰਾ ਖਤ ਖੁਦ ਕੱਢ ਕੇ ਵਧੀਆ। ਪਹਿਲਾਂ ਤੁਹਾਡਿਆਂ ਜੇ ਰਹੇ ਹਾਂ ਜੀ। ਅੱਛਾ ਜੀ, ਕੀ ਤਜਰਬਾ ਰਿਹਾ ਜੀ ਇਸ ਮਹਿਕਮੇ ਦਾ? ਉਹ ਬਹੁਤ ਵਧੀਆ ਤਜਰਬਾ। ਆਹ ਬੰਦੇ ਚੰਗੇ ਵੀ ਬਹੁਤ ਆ ਜੀ। ਚੰਗੇ ਸਾਰੇ ਚੰਗੇ ਹੀ ਵਾ, ਨਹੀਂ ਕਈ ਚੰਗੇ ਕਈ ਮਾੜੇ ਵੀ ਹੁੰਦੇ, ਸਾਰੇ ਸਾਰੀ ਤਰ੍ਹਾਂ ਦੇ ਨਹੀਂ ਬੰਦੇ ਹੁੰਦੇ, ਇਨਸਾਨ ਸਾਡੇ 'ਚ ਵੀ ਮਾੜੇ ਹੁੰਦੇ। ਹਾਂ, ਚੰਗੇ ਵੀ ਹੁੰਦੇ ਆ। ਨਹੀਂ, ਪੁਲਿਸ ਦੇ ਵਿੱਚ ਜੀ ਬੰਦੇ ਚੰਗੇ ਬਹੁਤ ਹੈਗੇ ਆ, ਹੈਗੇ ਆ, ਪਰ ਉਹਨਾਂ ਨੂੰ ਟਿਕਣ ਨਹੀਂ ਦਿੰਦੇ। ਗੱਲ ਤਾਂ ਇਹੀ ਆ, ਚੰਗਿਆਂ ਨੂੰ ਟਿਕਣ ਨਹੀਂ ਦਿੰਦੇ, ਚੰਗਿਆਂ ਨੂੰ। ਠੀਕ ਹੈ ਜੀ, ਮੈਨੂੰ ਵੀ ਦੇਖੋ, ਮੈਂ ਬਹੁਤ ਚੰਗਾ ਸੀ ਇੰਡੀਆ 'ਚ, ਮੈਨੂੰ ਇੱਧਰ ਭੇਜਤਾ ਉਹਨੇ, ਮੈਨੂੰ ਵੀ ਇੱਧਰ ਭੇਜ ਦਿੱਤਾ, ਮੈਂ ਵੀ ਚੰਗਾ। ਜੋ ਕੈਪਟਨ ਸਾਹਿਬ ਕਹਿੰਦੇ ਮੈਂ 15 ਦਿਨ ਲਈ ਛੁੱਟੀ ਜਾਣਾ ਕਿਤੇ ਉਹਨਾਂ ਪਹਾੜਾਂ ਪਹੂੜਾਂ 'ਤੇ, ਅਤੇ ਉਹ ਕਹਿੰਦੇ ਸੀ ਵੀ 15 ਦਿਨ ਮੇਰੀ ਜਗ੍ਹਾ ਕੋਈ ਬੰਦਾ ਇੱਧਰੋਂ ਭੇਜੋ ਅਤੇ ਤੁਹਾਡੇ ਬਾਰੇ ਕਰ ਦਿਓ ਰਿਕਮੈਂਡ। ਠੀਕ ਹੈ ਜੀ, ਕਰ ਦਿਓ ਤੋ ਇੱਕ ਬੰਦਾ ਉੱਥੇ ਹੋ ਰਿਹਾ, ਮੇਰੇ ਨਾਲ ਲੈ ਆਵਾਂ। ਹਾਂ, ਉਹ ਕਹਿੰਦੇ ਸੀ ਕੋਈ ਬੰਦਾ ਵਧੀਆ ਜਿਹਾ 15 ਦਿਨ ਲਈ। ਕੈਪਟਨ ਨੂੰ ਕਹਿ ਦਿਓ ਮੈਂ ਲੈ ਆਵਾਂ। ਮੈਂ ਤਾਂ ਪਤਾ ਕਿ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਹਿ ਦਿਓ ਵੀ ਬੰਦਾ ਵਧੀਆ ਜਿਹਾ ਤੁਹਾਡੀ ਜਗ੍ਹਾ ਪਹਾੜਾਂ 'ਚ ਭੇਜ ਦਿੰਦੇ ਹਾਂ। ਉਹ ਕਹਿੰਦੇ ਨਹੀਂ ਪਹਾੜਾਂ 'ਚ ਨਹੀਂ ਭੇਜਣਾ, ਪੰਜਾਬ ਦੇ ਉਹਦੇ ਭੇਜਣਾ। ਪੰਜਾਬ 'ਚ ਭੇਜਣਾ, ਪਹਾੜਾਂ 'ਚ ਨਹੀਂ ਜਾਣਾ। ਪਹਾੜਾਂ 'ਚ ਕਹਿੰਦੇ ਮੈਂ ਆਪ ਜਾਣਾ। ਹਾਂ, ਪਹਾੜਾਂ 'ਚ ਉਹਨੂੰ ਭੇਜ ਦੇ, ਮੈਨੂੰ ਉੱਥੇ ਰੱਖੋ ਤੁਹਾਨੂੰ। ਹਾਂ, ਮੁੱਖ ਮੰਤਰੀ ਬਣਾਉਣਾ ਬਣਾ ਦਿਓ ਬਣਾ। ਫਿਰ ਜਿਹੜਾ ਉਹਨਾਂ ਨੇ ਕਹਿੰਦੇ ਨਸ਼ਾ 4 ਹਫ਼ਤੇ 'ਚ ਫੜਨਾ, ਹੁਣ ਤੁਸੀਂ ਫੜ ਲਓਗੇ? ਆਪਾਂ ਦੋ ਤਾਂ ਫੜ ਲੈਣਾ, 4 ਕਿੱਥੇ ਬੈਣ ਦੇਵਾਂਗੇ ਨਸ਼ਾ? ਵੈਰੀ ਗੁੱਡ, ਹਾਂ ਜੀ, ਐਵੇਂ ਥੋੜਾ। ਚਲੋ ਜੀ, ਬਹੁਤ ਮਿਹਰਬਾਨੀ, ਚੜ੍ਹਦੀ ਕਲਾ ਜੀ, ਚੜ੍ਹ, ਥੈਂਕ ਯੂ, ਚੜ੍ਹਦੀ ਕਲਾ 'ਚ ਰਹੋ। ਹਾਂਜੀ ਜਨਾਬ, ਦੇਖ ਲਿਆ ਜੀ ਫਰੀਨੋ ਵਿੱਚ ਪੰਜਾਬੀਆਂ ਦਾ ਮਾਹੌਲ ਜੀ? ਉਹ ਕਹਿੰਦੇ ਕਿਹੜਾ ਮੁੱਖ ਮੰਤਰੀ, ਕਿਹੜਾ ਪ੍ਰਧਾਨ ਮੰਤਰੀ, ਅਸੀਂ ਆਪ ਹੀ ਮੁੱਖ ਮੰਤਰੀ ਹਾਂ, ਕਹਿੰਦੇ ਇੱਥੇ ਬਣ ਜਾਣਾ ਝਟਕ ਤੱਕ। ਹਾਂਜੀ 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 ਹਾਂਜੀ, ਚਲੋ ਜਨਾਬ, ਮੈਂ ਇੱਥੇ ਦੇਖ ਲਿਆ ਤੁਸੀਂ ਸਾਰਾ ਮਾਹੌਲ, ਤਾਂ ਠੀਕ ਹੈ, ਮੈਂ ਹੁਣ ਗਾ ਵੀ ਹੋਰ ਕਿਤੇ ਜਾ ਕੇ ਤਾਂ ਫਿਰ ਤੁਹਾਨੂੰ ਦੱਸੂੰਗਾ ਕੀ ਉੱਥੇ ਮਾਹੌਲ ਹੈ। ਹਾਂਜੀ, ਓਕੇ, ਠੀਕ ਹੈ ਜੀ। ਬਿਕਰ ਬਾਦਸ਼ਾਹ 'ਚ ਫਰੀਨੋ ਦੀ ਇਸ ਪਾਰਕ ਦੇ ਵਿੱਚ ਮਿਲਿਆ ਪੰਜਾਬੀਆਂ ਨੂੰ, ਬੜਾ ਵਧੀਆ ਮਜ਼ਾ ਆਇਆ। ਪੈਸਾ ਤਾਂ ਲੱਤ ਕੋਈ ਨਹੀਂ ਬਣਿਆ, ਚਲੋ ਕੋਈ ਗੱਲ ਨਹੀਂ, ਜ਼ਰੂਰੀ ਨਹੀਂ ਰੋਜ਼ ਹੀ ਮਤਲਬ ਐਵੇਂ ਲਾਲਾਂ ਦੀਆਂ ਸਿੱਟੀ ਜਾਓ। ਚਲੋ, ਅਗਲੀ ਵਾਰ ਕਿਸੇ ਹੋਰ ਜਗ੍ਹਾ ਜ਼ਰੂਰ ਮਿਲਾਂਗੇ ਜੀ। ਤੁਸੀਂ ਵੀ ਅਗਰ ਬਿਕਰ ਬਾਦਸ਼ਾਹ ਨੂੰ ਆਪਣੇ ਸਟੋਰ 'ਤੇ ਬਿਜ਼ਨਸ 'ਤੇ ਬੁਲਾਉਣਾ ਚਾਹੁੰਦੇ ਨਾ ਜੀ ਸ਼ੁਕਲ ਮੇਲੇ ਵਾਸਤੇ, ਤਾਂ ਨੰਬਰ ਮੇਰਾ ਨੋਟ ਕਰ ਲਓ, 209-453-6362 ਫੋਨ ਕਰੋ ਅਤੇ ਦਾਸ ਹਾਜ਼ਰ ਜੀ। ਬਸ, ਮਾਣ ਨਹੀਂ ਕੀਤਾ ਕਦੇ, ਬੜੀ ਮਿਹਰਬਾਨੀ, ਕਰੋ ਇੰਜਾਏ, ਪੰਜਾਬੀ ਖੁਸ਼ ਰਹੋ।